ਦੋਸਤੋ ਸਿੱਧਾ ਅਤੇ ਸਹੀ ਤਰੀਕਾ ਤੁਹਾਨੂੰ ਵਹੀਕਲ ਦਾ NOC ਸਰਟੀਫਿਕੇਟ ਬਣਾਉਣ ਦਾ ਇਸ ਵੀਡੀਓ ਵਿੱਚ ਦੱਸਾਂਗਾ। ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਤਾਂ ਦੋਸਤੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ, ਆਪਾਂ ਸਿੱਧਾ ਮੋਟਿਵ 'ਤੇ ਆਉਂਦੇ ਹਾਂ ਅਤੇ ਸਭ ਤੋਂ ਪਹਿਲਾਂ ਆਪਾਂ ਜਾਣ ਲੈਂਦੇ ਹਾਂ ਕਿ ਨੋ ਓਬਜੈਕਸ਼ਨ ਸਰਟੀਫਿਕੇਟ ਯਾਨੀ ਕਿ NOC ਆਖਿਰ ਹੁੰਦਾ ਕੀ ਆ। ਦੋਸਤੋ ਇਹ ਇੱਕ ਇੰਪੋਰਟੈਂਟ ਡਾਕੂਮੈਂਟ ਹੁੰਦਾ ਗੱਡੀ ਦਾ, ਇਸ ਤੋਂ ਬਿਨਾਂ ਗੱਡੀ ਦਾ ਚਲਾਨ ਵੀ ਹੋ ਸਕਦਾ ਹੈ ਜਾਂ ਬੋਂਡ ਵੀ ਹੋ ਸਕਦੀ ਹੈ। ਅਤੇ ਇਹ NOC ਜਿਹੜਾ ਸਰਟੀਫਿਕੇਟ ਹੈ ਜਿਸ ਤੋਂ ਆਪਾਂ ਵਾਹਨ ਖਰੀਦਦੇ ਹਾਂ ਜਾਂ ਕੋਈ ਗੱਡੀ ਜਾਂ ਮੋਟਰਸਾਈਕਲ ਖਰੀਦ ਰਹੇ ਹਾਂ ਉਸ ਵੱਲੋਂ ਦਿੱਤਾ ਜਾਂਦਾ ਹੈ ਜੋ ਇਸਨੂੰ ਵੇਚ ਰਿਹਾ ਹੈ। ਕਿਉਂਕਿ ਦੋਸਤੋ ਅਤੇ ਇਸ ਦੀ ਜ਼ਰੂਰਤ ਆਪਾਂ ਨੂੰ ਕਿਉਂ ਪੈਂਦੀ ਹੈ ਦੋਸਤੋ? ਜੇ ਤੁਸੀਂ RC ਆਪਣੇ ਨਾਮ 'ਤੇ ਕਰਵਾਉਣੀ ਹੈ ਤਾਂ ਤੁਹਾਡੇ ਕੋਲ NOC ਸਰਟੀਫਿਕੇਟ ਹੋਣਾ ਜ਼ਰੂਰੀ ਹੈ, ਫਿਰ ਹੀ ਜਿਹੜੀ RC ਵਿੱਚ ਕੋਈ ਵੀ ਚੇਂਜਿੰਗ ਹੁੰਦੀ ਹੈ ਜਾਂ ਤੁਹਾਡੇ ਨਾਮ 'ਤੇ ਹੁੰਦੀ ਹੈ। ਅਤੇ ਦੋਸਤੋ ਹੁਣ ਗੱਲ ਕਰ ਲੈਂਦੇ ਹਾਂ ਇੰਪੋਰਟੈਂਟ ਡਾਕੂਮੈਂਟ ਕਿਹੜੇ ਨੇ ਜੇ NOC ਸਰਟੀਫਿਕੇਟ ਬਣਵਾਉਣਾ ਹੈ। ਸਭ ਤੋਂ ਪਹਿਲਾਂ ਗੱਡੀ ਦੀ RC ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਬੀਮੇ ਦਾ ਸਰਟੀਫਿਕੇਟ ਹੋਣਾ ਚਾਹੀਦਾ ਵਹੀਕਲ ਦਾ ਅਤੇ ਪ੍ਰਦੂਸ਼ਣ ਸਰਟੀਫਿਕੇਟ ਹੋਣਾ ਚਾਹੀਦਾ। ਇਸ ਤੋਂ ਇਲਾਵਾ CMB ਫੋਰਮ 28 ਨੰਬਰ ਫੋਰਮ ਵਾਸਤੇ KC ਨੰਬਰ ਪੈਨਸਿਲ ਪ੍ਰਿੰਟ ਨਾਲ ਕੀਤਾ ਹੋਇਆ ਆਪਣੇ ਕੋਲ ਹੋਣਾ ਚਾਹੀਦਾ, ਜਿਸ ਦੀ ਡਿਟੇਲ ਵੀ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੇਵਾਂਗਾ ਆਖਿਰ ਇਹ ਹੁੰਦਾ ਕੀ ਆ। ਅਤੇ ਨੈਕਸਟ ਫੋਟੋ ਹੋਣੀ ਚਾਹੀਦੀ ਆਪਣੀ ਪਛਾਣ ਦੇ ਸਬੂਤ ਵਿੱਚ ਅਤੇ ਐਡਰੈਸ ਪਰੂਫ ਆਪਣੇ ਕੋਲ ਹੋਣਾ ਚਾਹੀਦਾ। ਤਾਂ ਦੋਸਤੋ ਇੱਕ ਸਵਾਲ ਕਾਫੀ ਮਾਇੰਡ ਵਿੱਚ ਹੁੰਦਾ ਲੋਕਾਂ ਦੇ ਕਿ NOC ਸਰਟੀਫਿਕੇਟ ਕਿਸ ਵੱਲੋਂ ਦਿੱਤਾ ਜਾਂਦਾ, ਜੋ ਗੱਡੀ ਖਰੀਦ ਰਿਹਾ ਹੈ ਜਾਂ ਗੱਡੀ ਵੇਚ ਰਿਹਾ ਹੈ। ਤਾਂ ਦੋਸਤੋ ਇਹ ਗੱਲ ਕਲੀਅਰ ਕਰ ਲਓ, NOC ਸਰਟੀਫਿਕੇਟ ਜੋ ਗੱਡੀ ਨੂੰ ਵੇਚ ਰਿਹਾ ਹੈ ਉਸ ਵੱਲੋਂ ਗੱਡੀ ਖਰੀਦਦਾਰ ਨੂੰ ਦਿੱਤਾ ਜਾਂਦਾ ਹੈ। ਇੱਕ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਮੈਨੂੰ ਪਤਾ ਹੈ ਦੋਸਤੋ ਤੁਹਾਨੂੰ ਜੋ ਇਨਫੋਰਮੇਸ਼ਨ ਚਾਹੀਦੀ ਹੈ ਉਹ ਇਸ ਵੀਡੀਓ ਵਿੱਚ ਮਿਲ ਗਈ ਹੋਵੇਗੀ, ਪਰ ਨਾ ਤੁਸੀਂ ਵੀਡੀਓ ਨੂੰ ਲਾਈਕ ਕਰੋਗੇ ਨਾ ਚੈਨਲ ਨੂੰ ਸਬਸਕ੍ਰਾਈਬ ਕਰੋਗੇ, ਬਸ ਦੇਖ ਕੇ ਐਵੇਂ ਹੀ ਅੱਗੇ ਕ੍ਰੋਸ ਕਰ ਦਿਓ। ਦੋਸਤੋ ਬੜੀ ਮਿਹਨਤ ਨਾਲ ਵੀਡੀਓ ਬਣਾਉਂਦੇ ਹਾਂ, ਤੁਸੀਂ ਦੇਖੋਗੇ ਕਿੰਨੇ ਰੀਟੇਕ ਲੈਣੇ ਪੈਂਦੇ ਆ ਰਿਕਾਰਡਿੰਗ ਕਰਨ ਵਾਸਤੇ, ਕਿਵੇਂ ਐਡੀਟਿੰਗ ਕਰਨੀ ਪੈਂਦੀ ਹੈ ਅਤੇ ਕਿਵੇਂ ਜਿਹੜੀ ਪੂਰੀ ਜੋ ਪ੍ਰੋਫਾਈਲ ਆ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਟਾਈਮ, ਵੀਡੀਓ ਬਣਾਉਣ ਵਿੱਚ ਕਮ ਤੋਂ ਕਮ 4 ਘੰਟੇ ਲੱਗ ਜਾਂਦੇ ਨੇ। ਇਸ ਬਸ ਦੋਸਤੋ ਤੁਹਾਡਾ ਸਬਸਕ੍ਰਾਈਬਰ ਅਤੇ ਲਾਈਕ ਪਾਉਣ ਵਾਸਤੇ ਇੰਨੀ ਮਿਹਨਤ ਕੀਤੀ ਜਾਂਦੀ ਹੈ ਜੋ ਤੁਹਾਨੂੰ ਘਰ ਬੈਠੇ ਪੂਰੀ ਇਨਫੋਰਮੇਸ਼ਨ ਮਿਲ ਸਕੇ। ਦੋਸਤੋ ਵੈਸੇ ਸੋਚ ਕੇ ਦੇਖੋ, ਜਸਟ ਸਬਸਕ੍ਰਾਈਬਰ ਅਤੇ ਲਾਈਕ ਕਰਨ ਦਾ ਆਪਣਾ ਕੁਛ ਵਿਗੜਨਾ ਨਹੀਂ ਹੈ, ਕੋਈ ਬਿੱਲ ਨਹੀਂ ਆਉਂਦਾ ਅਤੇ ਕੋਈ ਦਿੱਕਤ ਨਹੀਂ ਹੁੰਦੀ। ਇੱਕ ਦੋਸਤਾਂ ਤਾਂ ਪਲੀਜ਼ ਲਾਈਕ ਵੀ ਕਰ ਲਿਆ ਕਰੋ ਅਤੇ ਸਬਸਕ੍ਰਾਈਬ ਵੀ ਕਰ। ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਕਿ NOC ਸਰਟੀਫਿਕੇਟ ਲਈ ਅਰਜ਼ੀ ਕਿਵੇਂ ਦੇਣੀ ਹੈ। ਤਾਂ ਦੋਸਤੋ ਸਭ ਤੋਂ ਪਹਿਲਾਂ ਜੋ ਵੀ ਗੱਡੀ ਦਾ ਮਾਲਕ ਹੈ ਉਸਨੂੰ ਨੇੜੇ ਦੇ RTO ਆਫਿਸ ਜਾਣ ਦੀ ਲੋੜ ਪਵੇਗੀ, ਐਂਡ ਇਸ ਤੋਂ ਬਾਅਦ 28 ਨੰਬਰ ਫਾਰਮ ਭਰੇ ਹੋਏ ਨਾਲ ਜਿਹੜੇ ਡਾਕੂਮੈਂਟ ਤੁਹਾਨੂੰ ਦੱਸਿਆ ਉਹ ਲਗਾ ਕੇ ਆਪਾਂ ਨੂੰ RTO ਆਫਿਸ ਵਿੱਚ ਸਬਮਿਟ ਕਰਨੇ ਪੈਣਗੇ। ਅਤੇ ਇਸ ਐਪਲੀਕੇਸ਼ਨ ਦੀ ਫੀਸ ਜਿਹੜੀ 100 ਰੁਪਏ ਦਾ ਤੁਹਾਨੂੰ ਭੁਗਤਾਨ ਕਰਨਾ ਹੋਵੇਗਾ। ਦੋਸਤੋ ਇੱਕ ਵਾਰ ਜਦੋਂ ਅਰਜ਼ੀ ਸਬਮਿਟ ਹੋ ਜਾਂਦੀ ਹੈ ਤਾਂ RTO ਆਫਿਸ ਵੱਲੋਂ ਪੁਲਿਸ ਅਥਾਰਟੀ ਤੋਂ ਇਹ ਜਾਂਚ ਕਰਨ ਲਈ ਗੱਡੀ ਦੀ ਰਿਪੋਰਟ ਮੰਗੀ ਜਾਂਦੀ ਹੈ ਕਿ ਇਸ ਗੱਡੀ 'ਤੇ ਕੋਈ ਅਪਰਾਧਿਕ ਮਾਮਲਾ ਤਾਂ ਨਹੀਂ ਚੱਲ ਰਿਹਾ ਜਾਂ ਕੋਈ ਚੋਰੀ ਕੀਤੀ ਹੋਈ ਇਹ ਗੱਡੀ ਤਾਂ ਨਹੀਂ ਹੈ। ਅਤੇ ਇਸ ਦੀ ਜਾਂਚ ਕੀਤੀ ਜਾਂਦੀ ਹੈ ਕਿ ਗੱਡੀ ਦੇ ਖਿਲਾਫ਼ ਕੋਈ ਬਕਾਇਆ ਤਾਂ ਨਹੀਂ ਹੈ ਜਾਂ ਕੋਈ DSA ਕੇਸ ਨਹੀਂ ਹੈ। ਤਾਂ ਮਨਜ਼ੂਰੀ ਦੀ ਰਸੀਦ ਪ੍ਰਾਪਤ ਹੋਣ ਤੋਂ ਬਾਅਦ ਅੱਗੇ ਦਾ ਪ੍ਰੋਸੈਸ ਹੁੰਦਾ ਹੈ ਅਤੇ ਤੁਹਾਡੀ ਜਿਹੜੀ ਅਰਜ਼ੀ ਹੈ ਉਹ ਅੱਗੇ ਦੇ ਪ੍ਰੋਸੈਸ ਵਿੱਚ ਚਲੀ ਜਾਂਦੀ ਹੈ। ਅਤੇ ਦੋਸਤੋ NOC ਸਰਟੀਫਿਕੇਟ ਜਾਰੀ ਕਰਨ ਲਈ RTO ਨੂੰ 3 ਕਾਰੋਬਾਰੀ ਦਿਨ ਲੱਗਦੇ ਨੇ, ਮਤਲਬ 3 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ NOC ਸਰਟੀਫਿਕੇਟ ਉਹ ਬਣ ਕੇ ਰੈਡੀ ਹੋ ਜਾਂਦਾ ਹੈ। ਤਾਂ ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗੀ ਹੈ ਤਾਂ ਪਲੀਜ਼ ਸਪੋਰਟ ਕਰੋ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਅਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ। ਜੇ ਕੋਈ ਦਿੱਕਤ ਹੈ ਜਾਂ ਕੋਈ ਸਵਾਲ ਹੈ ਤੁਹਾਡੇ ਇਸ ਵੀਡੀਓ ਰਿਲੇਟਡ ਮਨ ਵਿੱਚ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਜ਼ਰੂਰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗਾ। ਤਾਂ ਦੋਸਤੋ ਜਿਹੜੀ ਆਪਾਂ ਗੱਲ ਕਰੀਏ ਇਹਨਾਂ 28 ਨੰਬਰ ਫੋਰਮ ਦੀ, ਤਾਂ ਇਸ ਤਰ੍ਹਾਂ ਦਾ ਇਹ ਫੋਰਮ ਹੁੰਦਾ ਹੈ। ਜੇ ਤੁਸੀਂ ਇਹ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ, ਜਸਟ ਤੁਸੀਂ ਆਪਣਾ ਵਟਸਐਪ ਨੰਬਰ ਵੀਡੀਓ ਵਿੱਚ ਕਮੈਂਟ ਕਰਨਾ ਹੈ ਅਤੇ ਮੈਂ ਤੁਹਾਨੂੰ ਇਹ ਵਟਸਐਪ ਨੰਬਰ ਉੱਪਰ ਡਾਊਨਲੋਡ ਕਰਕੇ ਸੈਂਡ ਕਰ ਦੂੰਗਾ। ਕਿ ਦੋਸਤੋ